मामला अमृतसर के चंबार रोड आनंद विहार कॉलोनी का, जहां विवेक नाम के युवक के घर जन्मदिन की पार्टी थी, जो अमृतसर के डिप्टी मेयर का भतीजा है। उस पार्टी में 60 से 70 लोग शामिल थे। पार्टी में कई राउंड फायर किए गए, जिसमें एक युवक की मौत हो गई। युवक का नाम सौरभ बताया जा रहा है, जो होशियारपुर का रहने वाला था, अमृतसर में पार्टी मनाने आया था। परिजनों के मुताबिक पार्टी में कई लोगों के पास लाइसेंसी रिवॉल्वर थे, जिसमें 5 लोगों के खिलाफ मामला दर्ज करवाया गया है। मृतक सौरभ शादीशुदा था और उसकी मात्र 26 साल थी, जिसकी 8 साल की बेटी भी थी। परिवार वालों ने दोषियों के खिलाफ सख्त कार्यवाही करने की मांग की है। अमृतसर से सोनू सोडी की रिपोर्ट। मैम की पूरा मामला की होया जरा क्या यार गोली चली एक बर्थडे पार्टी सीगी ओ इना दा भी नहीं फ्रेंड सीगा इना दे फ्रेंड दा फ्रेंड सीगा ता करके ए ता कल होशियारपुर पहुंचे ही है मॉर्निंग 8 बजे फिर भी इना ने बुलाया कि नहीं 2 बजे फोन आया कि हां भी पा वापस आ जाओ तुसी इत्थे ता ए नाल ही शाम नु 9 बजे निकलया है उत्थों 9 बजे इत्थे पौने के 11 बजे पहुंचे 11 बजे सानू 11:15 फोन आ गया कि सौरभ दे गोलियां लग गई हां जी किने बच्चे किने पता नहीं ओद बस 3 दिन पहला रह के गया हो सकता उदो कुछ होया हो चलिया तो सी पर 3 गोलियां मेरे हाथ में ही लगदियां सी ऐ भी सोचो ना बस इंसाफ मिलना चाहिए असं उन्नी देर ना डेड बॉडी लैके जानी ना पोस्टमार्टम करवाना है असं इतने ही रहना जिनी देर तक वो फड़ नहीं होंगे है बहाना करके क्योंकि वह तो फ्रेंड ही नहीं जो बर्थडे वो फ्रेंड का फ्रेंड सी बर्थडे ठीक है ना विवेक सौरभ के फ्रेंड से वो गाँव फ्रेंड का बर्थडे 6 जने ਦੇ ਨਾਮ ਤੁਸੀਂ ਲਿਖਾਏ 6 ਜਣੇ ਆ ਗਏ ਕਿਹੜੇ ਕਿਹੜੇ ਨਾਮ ਨੇ ਜਾ ਰਹੇ ਸਭ ਜਿਹੜੇ ਮੇਨ ਹੈ ਉਹਨਾਂ ਨੂੰ ਪੁੱਛੋ ਪਲੀਜ਼ ਉਹਨਾਂ ਨੂੰ ਪਤਾ ਹੋਊ ਲੱਗਦਾ ਕਿ ਮੈਮ ਕਿਤੇ ਨਿਸ਼ਾਨ ਮਿਲੂਗਾ ਹਜੇ ਤੱਕ ਤਾਂ ਕੁਝ ਲੱਗਦਾ ਨਹੀਂ ਪਿਆ ਹੈਗਾ ਇਹ ਸਾਨੂੰ ਭੇਜਵਾਇਆ ਗਿਆ ਉਹਨਾਂ ਨੇ ਇਹੀ ਕਿਹਾ ਕਿ ਜ਼ਰੂਰ ਤੁਹਾਨੂੰ ਸ਼ਾਮ ਤੱਕ ਮਿਲ ਜਾਊਗਾ ਸ਼ਾਮ ਤੱਕ ਇਹ ਸਾਨੂੰ ਭੇਜਣਾ ਚਾਹੁੰਦੇ ਅਸੀਂ ਜਾਣਾ ਨਹੀਂ ਆ ਫਿਰ ਕੀ ਨਾਮ ਹੈ ਸਰ ਵਿਕਰਮ ਹੁਸ਼ਿਆਰਪੁਰ ਤੋਂ ਸਰ ਕੀ ਪੂਰਾ ਮਾਮਲਾ ਕੀ ਹੈ ਰਾਤੀ ਇੱਥੇ ਇੱਕ ਪਾਰਟੀ ਸੀਗੀ ਜਨਮ ਦਿਨ ਦੀ ਉਹ ਅਟੈਂਡ ਕਰਨ ਆਏ ਸੀ ਹੁਸ਼ਿਆਰਪੁਰ ਤੋਂ ਉਹਦੇ ਵਿੱਚ ਮੇਰੇ ਛੋਟੇ ਬ੍ਰਦਰ ਦੀ ਡੈਥ ਹੋ ਗਈ ਇਹਨਾਂ ਦੇ ਤੁਹਾਡੇ ਬ੍ਰਦਰ ਦਾ ਕਿੰਨੀ ਉਮਰ ਤੇ 26 ਸਾਲ ਦੀ ਏਜ ਸੀ ਤੇ ਮੈਰਿਡ ਹਾਂਜੀ ਬੱਚੀ ਵੀ ਹਾਂਜੀ 1 ਮਹੀਨੇ ਦੀ ਲੱਗਾ ਪਤਾ ਲੱਗਾ ਕਿ ਕੋਈ ਕੌਣ ਹੈ ਉਹ ਨੌਜਵਾਨ ਨਹੀਂ ਜੀ ਹਾਂ ਪਛਾਤੇ ਹੀ ਆ ਨਾਮ ਲਿਖਾਏ ਆ ਹੁੰਦਾ ਜਿਹੜੇ ਸਾਡੇ ਟੇਬਲ ਤੇ ਸੀਗੇ ਕਿੰਨੇ ਨੌਜਵਾਨਾਂ ਦੇ ਨਾਮ ਲਿਖਾਏ 5 ਜਿਹੜੇ ਚੱਲੇ ਆ ਇਹ ਕਿਹਾ ਜਾ ਰਿਹਾ ਕੋਈ ਗੈਂਗਸਟਰ ਵੀ ਵਿੱਚ ਹੈਗੇ ਸੀ ਆਪਾਂ ਤਾਂ ਇੱਥੇ ਤੇ ਹੈ ਨਹੀਂ ਉਹ ਸਾਨੂੰ ਨੌਨ ਚੇ ਨਹੀਂ ਉਹ ਸੌਰਵ ਦਾ ਮੇਰਾ ਜਿਹੜਾ ਭਰਾ ਸੀਗਾ ਉਹਦੀ ਦੋਸਤੀ ਸੀਗੀ ਮੈਂ ਉਹਦੇ ਨਾਲ ਆਇਆ ਸੀਗਾ ਰਾਤੀ ਉੱਥੇ ਕਿਤੇ ਮੌਕੇ ਤੇ ਕਾਫੀ ਫਾਇਰ ਹੋਏ ਸੀ ਹਾਂਜੀ ਉਹਦਾ ਉੱਥੇ ਫਾਇਰਿੰਗ ਕਾਫੀ ਹੋ ਰਹੀ ਸੀ ਹੋਰ ਵੀ ਕਿਸੇ ਨੂੰ ਗੋਲੀ ਲੱਗੀ ਦੋ ਮੁੰਡਿਆਂ ਨੂੰ ਕਹਿੰਦੇ ਆ ਬਾਕੀ ਦੇਖਦੇ ਆ ਵਿਨੇ ਤੇ ਦੋਨਾਂ ਦੇ ਨਾਂ ਵਿਨੇ ਹੀ ਆ ਜਿਹਨਾਂ ਨਾਲ ਲੱਗੇ ਟਾਈਮ ਕਿੰਨੇ ਵਜੇ ਦੀ ਸੀ 10:30 ਤੋਂ 11 ਵਜੇ ਦੇ ਵਿੱਚ ਰਾਤ ਦੀ ਮੰਗ ਕੀ ਕਰ ਰਹੇ ਹੋ ਪ੍ਰਸ਼ਾਸਨ ਇਨਸਾਫ ਦੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਸੁਣਵਾਈ ਕਰ ਰਹੇ ਦੇਖੋ ਹਾਲੇ ਹੁਣ ਘਰਦਿਆਂ ਨੂੰ ਲੱਗੇ ਤਾਂ ਪਏ ਆ ਇਹ ਕੱਲ ਮਨਦੀਪ ਨਾਮ ਦਾ ਲੜਕਾ ਹੈ ਆਨੰਦ ਵਿਹਾਰ ਕਲੋਨੀ ਦੇ ਵਿੱਚ ਉਹਦਾ ਰੈਜੀਡੈਂਸ ਹੈ ਉਹਦਾ ਆਪਣੇ ਜਨਮ ਦਿਨ ਪਾਰਟੀ ਇਹਨਾਂ ਦੇ ਇੱਕ ਫਰੈਂਡ ਸਰਕਲ ਦੇ ਵਿੱਚ ਇਹਦਾ ਵਿਵੇਕ ਨਾਮ ਦਾ ਲੜਕਾ ਕੋਈ ਲਾਹੌਰੀ ਗੇਟ ਰਹਿੰਦਾ ਉਹਦੇ ਅੱਗੇ ਫਰੈਂਡ ਸਰਕਲ ਦੇ ਵਿੱਚ ਮਰਨ ਵਾਲਾ ਜਿਹੜਾ ਹੈ ਸੌਰਵ ਉਹਦਾ ਫਰੈਂਡ ਹੀ ਜੋ ਸਬਜ਼ੀ ਦਾ ਕੰਮ ਕਰਦਾ ਜਿਹੜਾ ਦੂਸਰਾ ਸੌਰਵ ਇਹ ਸਬਜ਼ੀ ਦਾ ਕੰਮ ਕਰਦਾ ਜਿਹੜਾ ਮਨਦੀਪ ਉਹ ਟੈਕਸੀ ਚਲਾਉਂਦਾ ਇਹ ਫਰੈਂਡ ਸਰਕਲ ਦੇ ਵਿੱਚ ਇਹਨਾਂ ਨੂੰ ਕੱਲ੍ਹ ਇਹਨਾਂ ਨੇ ਕਿਤੇ ਉੱਥੇ ਜਨਮ ਦਿਨ ਮਨਾਉਣ ਲਈ ਬੁਲਾਇਆ 10:30-11 ਵਜੇ ਉੱਥੇ ਪਹੁੰਚੇ ਕੇਕ ਉਹ ਕੱਟਣ ਤੋਂ ਬਾਅਦ ਉੱਥੇ ਲੜਕੇ ਜਿਹੜੇ ਆ ਆਪਣੇ ਲਾਇਸੈਂਸ ਉਹਦੇ ਨਾਲ ਹਥਿਆਰ ਦੇ ਨਾਲ ਉਹਨੂੰ ਕਿਤੇ ਫਾਇਰ ਕੀਤਾ ਉਹ ਇਹਦੇ ਲੱਗ ਗਿਆ ਇਹਦੇ ਕਹਿਣ ਮੁਤਾਬਕ ਇਹਦੇ ਬ੍ਰਦਰ ਦੇ ਕਹਿਣ ਦੇ ਮੁਤਾਬਕ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਹੈ ਉਹਨਾਂ ਨੇ ਜੋ ਬਿਆਨ ਲਿਖਾਇਆ ਉਹਨਾਂ ਨੇ ਅਸੀਂ ਕਰਕੇ ਅਸੀਂ ਪਰਚਾ ਦੇ ਦਿੱਤਾ 6-5 ਬੰਦਿਆਂ ਦੇ ਖਿਲਾਫ ਬਾਕੀ ਜਿਹੜੀ ਕਾਰਵਾਈ ਬਣਦੀ ਉਹ ਕਰ ਰਹੇ ਹਾਂ ਤੋ ਕਿਸ ਜਗ੍ਹਾ ਤੇ ਸਰ ਵੱਡੇ ਪਾਰਟੀ ਬਣਾਈ ਜਾਂਦੀ ਇਹ ਆਨੰਦ ਵਿਹਾਰ ਕਲੋਨੀ ਹੈ ਇੱਕ ਨਾਲ ਹੀ ਗੰਦੇ ਨਾਲੇ ਦੇ ਨਾਲ ਹੀ ਉੱਥੇ ਉਹਦਾ ਘਰ ਹੈ ਨਵਾਂ ਘਰ ਬਣਾਇਆ ਉਹਦਾ ਇੱਕ ਘਰ ਹੈ ਥਾਣੇ ਦੀ ਬੈਕ ਸਾਈਡ ਤੇ ਹੀ ਇੱਥੇ ਮਨਦੀਪ ਹੈ ਟੈਕਸੀ ਚਲਾਉਂਦਾ ਹੈ ਉੱਥੇ ਨਵਾਂ ਘਰ ਬਣਾਇਆ ਉੱਥੇ ਪਾਰਟੀ ਕਰ ਰਿਹਾ ਹੈ ਕਿਹੜੀ ਜਗ੍ਹਾ ਤੋਂ ਹੈ ਕੌਣ ਕਿਹੜਾ ਸੌਰਵ ਜਿਹੜਾ ਹੈ ਉਹ ਹੁਸ਼ਿਆਰਪੁਰ ਤੋਂ ਹੀ ਇਹਨਾਂ ਦੇ ਫਰੈਂਡ ਸਰਕਲ 'ਚ ਹੀ ਵਿਵੇਕ ਦੇ ਅੱਗੇ ਮਨਦੀਪ ਹੋਣਾ ਦੇ ਮਾਮਲਾ 5 ਜਣਿਆਂ ਦੇ ਦਰਦ ਕੀਤਾ ਬਾਈ ਨੇ ਇਹਨਾਂ ਨੂੰ ਡਰੈਸ ਵਗੈਰਾ ਇਹਨਾਂ ਦੇ ਸਿਰਫ ਜਿਸ ਤਰ੍ਹਾਂ ਛੋਟੇ ਛੋਟੇ ਨਾਂ ਆ ਵਿਵੇਕ ਆ
कोई मनदीप है, प्रिंस है, राहुल ते रघु, इन्हां नूं एड्रैस किसे दा वी